ਅੱਜ ਦੀ ਅੰਜੀਲ ਦੀ ਆਖਰੀ ਵਚਨ। ਇਸ ਦੁਨੀਆ ਦੇ ਹਾਕਮ ਉੱਤੇ ਫਤਵਾ ਦਿੱਤਾ ਗਿਆ, ਇਸ ਲਈ ਨਿਆਂ ਦੇ ਬਾਰੇ ਮਨਵਾਏਗਾ। ਇਹ ਵਚਨ ਇਸ ਭਰੋਸੇ ਨੂੰ ਉਜਾਗਰ ਕਰਦੀ ਹੈ ਕਿ ਇਸ ਸੰਸਾਰ ਦੇ ਰਾਜਕੁਮਾਰ, ਜਿਸ ਨੂੰ ਅਕਸਰ ਸ਼ੈਤਾਨ ਵਜੋਂ ਦਰਸਾਇਆ ਜਾਂਦਾ ਹੈ, ਉਸਦਾ ਨਿਰਣਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਹ ਭਰੋਸਾ ਕਿ ਅੰਤ ਵਿੱਚ ਬੁਰਾਈ ਉੱਤੇ ਕਾਬੂ ਪਾਇਆ ਜਾਵੇਗਾ ਉਹਨਾਂ ਲਈ ਜੋ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਉਮੀਦ ਲਿਆਉਂਦੇ ਹਨ। ਇਹ ਸਾਨੂੰ ਧਾਰਮਿਕਤਾ ਦੀ ਜਿੱਤ ਅਤੇ ਅੰਤ ਵਿੱਚ ਪ੍ਰਚਲਿਤ ਨਿਆਂ ਦੇ ਵਾਅਦੇ ਦੀ ਯਾਦ ਦਿਲਾਉਂਦਾ ਹੈ। ਮੇਰੇ ਪ੍ਰਭੂ ਯੇਸੂ, ਇਹ ਪੁਸ਼ਟੀ ਕਰਦੇ ਹੋਏ ਮੈਨੂੰ ਦਿਲਾਸਾ ਦਿਓ ਕਿ ਮਸੀਹ ਵਿੱਚ ਵਿਸ਼ਵਾਸ ਦੁਆਰਾ ਅਸੀਂ ਪਾਪ ਅਤੇ ਨਿੰਦਾ ਦੀ ਸ਼ਕਤੀ ਤੋਂ ਮੁਕਤ ਕੀਤਾ ਜਾਵੇਗਾ। ਇਹ ਪ੍ਰਭੂ, ਅੱਜ ਮੈਨੂੰ ਇਹ ਜਾਣਦੇ ਹੋਏ ਕਿ ਮਸੀਹ ਦੁਆਰਾ ਮੁਕਤੀ ਅਤੇ ਬੁਰਾਈ ਉੱਤੇ ਜਿੱਤ ਯਕੀਨੀ ਹੈ, ਮੇਰੇ ਜੀਵਨ ਨੂੰ ਮਸੀਹ ਦੀਆਂ ਸਿੱਖਿਆਵਾਂ ਦੇ ਨਾਲ ਜੋੜਦੇ ਹੋਏ ਜੀਵਨ ਦੀ ਕਿਰਪਾ ਪ੍ਰਦਾਨ ਕਰ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ।